ਆਜ਼ਮ ਹੈ, ਇੱਕ ਮੁਕਲਾਣੀ ਹੈ, ਇੱਕ ਮੇਰੀ ਬੀਵੀ ਹੈ, ਇੱਕ ਮੇਰਾ ਪੁੱਤਰ ਹੈ ਪੱਪੂ। ਮੈਂ ਚਲੋ ਪਾਸ ਹੋ ਜਾਵੇ, ਮੇਰਾ ਨਾਂ ਹੋਵੇ, ਮੈਂ ਆਪਣੇ ਭਰਾ ਦੀ ਕੁੜੀ ਨਾਲ ਉਹਦਾ ਵਿਆਹ ਕਰਾਂ। ਲੇਕਿਨ ਬੇਗਮ ਨੂੰ ਕਹਿੰਦੀ ਹੈ ਚੁਦਰਾਣੀ ਕਿ ਮੈਂ ਆਪਣੇ ਭਰਾ ਦੀ ਕੁੜੀ ਨਾਲ ਵਿਆਹ ਕਰਨਾ, ਪਰ ਮੈਂ ਨਹੀਂ ਹੋਣ ਦਿਆਂਗਾ, ਨਹੀਂ ਹੋਣ ਦਿਆਂਗਾ। ਹਾਂ ਸਿੱਧੀ ਸਿੱਧੀ ਗੱਲ ਉਹ ਆਏਗੀ, ਹੁਣ ਮੈਂ ਖੁੱਲ ਕੇ ਕਹਿ ਦੇਣਾ ਇਹ ਗੱਲ ਤੈਨੂੰ ਮੇਰੀ ਮੰਨਣੀ ਪਏਗੀ। ਨਹੀਂ ਮੰਨਾਂਗੀ, ਪੱਪੂ ਪਾਸ ਹੋਏਗਾ ਤੇ ਮੇਰੀ ਭਤੀਜੀ ਨਾਲ ਵਿਆਹ ਹੋਏਗਾ ਇਨਸ਼ਾਅੱਲਾ। ਮੇਰੀ ਭਤੀਜੀ ਨਾਲ ਵਿਆਹ ਹੋਗਾ? ਮੇਰੀ ਭਤੀਜੀ ਨਾਲ ਹੋਣਾ ਮੈਂ ਤੈਨੂੰ ਦੱਸਿਆ। ਦੇਖੋ ਮੈਂ ਲਿਆਸ ਤੇ ਨਹੀਂ ਜਾਣਦੇ, ਮੈਂ ਤੈਨੂੰ ਪਤਾ ਗੁੱਸੇ ਦਾ ਕਿਹੋ ਜਿਹਾ ਹੈਗਾ, ਸੂਰ ਹੈਗਾ ਤੂੰ ਗੁੱਸੇ ਦਾ, ਮੈਨੂੰ ਪਤਾ ਹੈ। ਮੈਂ ਸ਼ੌਕਾ ਲੁੱਦੜ, ਮੇਰਾ ਨਾਂ ਹੈ ਸ਼ੌਕਾ ਲੁੱਦੜ। ਲੁੱਦੜ ਤੂੰ ਉਦੋਂ ਦਾ ਜੋ ਹੋਇਆ, ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦੀ? ਮੈਂ ਜਾ ਮੈਂ ਤੇਰੀ ਗੱਲ ਇਸ ਵਾਰ ਨਹੀਂ ਮੰਨਦੀ। ਮੇਰੇ ਬੱਚੇ ਨੇ ਮੈਂ ਆਪਣੀ ਵਜ੍ਹਾ ਤੋਂ ਜਿਸ ਤਰ੍ਹਾਂ ਪੜਾਇਆ ਲਿਖਾਇਆ ਹੈ, ਪੱਪੂ ਪਾਸ ਹੋ ਗਿਆ ਹੈ ਤੇ ਮੇਰੀ ਭਤੀਜੀ ਨਾਲ ਵਿਆਹ। ਯਾਨੀ ਕਿ ਤੇਰੇ ਬੱਚੇ ਨੇ ਮੇਰੇ ਕੁਝ ਨਹੀਂ ਲੱਗਦੇ? ਤੇਰੇ ਲੱਗ ਰਹੇ, ਤੂੰ ਮਾਮਾ ਲੱਗਣਾ ਉਹਨਾਂ ਦਾ। ਬੇਗਮ ਮੈਂ ਮੈਨੂੰ ਰਾਤ ਨੂੰ ਗੁੱਸਾ ਆ ਜਾਂਦਾ, ਮੈਂ ਦੱਸ ਦਿਆਂ ਗੁੱਸਾ ਆ ਰਿਹਾ ਹੈ। ਆ ਆ ਰਿਹਾ ਵੇਖ, ਇਹ ਕੰਨ ਖਲੋ ਗਏ ਮੇਰੇ, ਅੱਖਾਂ 'ਚ ਫਿਰ ਰੁਕਦਾ ਹੋਇਆ। ਕੰਨ ਖਲੋ ਗਏ ਨਾ, ਅਜੇ ਤੂੰ ਕੰਨ ਨਹੀਂ ਵੇਖਿਆ, ਅਜੇ ਕੰਨ ਅਜੇ ਤੂੰ ਮੇਰਾ ਕੁਸੋਂ ਨਹੀਂ ਵੇਖਿਆ। ਮੈਂ ਤੂੰ ਗੁੱਸੇ ਜਾਈ ਨੂੰ ਬੜੇ ਕੁਸੋਂ ਮਾਰਦਾ ਮੈਂ। ਹਾਂ ਪਤਾ ਜਿਹਨੇ ਕੁਸੋਂ ਮਾਰਨਾ ਹੈ ਤੂੰ, ਮੈਂ ਤੇਰੀ ਬੋਧੀ ਪੁੱਟ ਦੇਣੀ ਹੈ। ਬੋਧ ਫੇਰ ਫੇਰ ਉਹ ਨਹੀਂ ਪੁੱਟ ਦੇਣੀ, ਮੈਨੂੰ ਬੋਧੀ ਪੁੱਟ ਦੇਣੀ ਹੈ। ਮੈਨੂੰ ਆਰਾਮ ਨਾਲ ਰਹਿ, ਮੇਰੀਆਂ ਵਾਲੀਆਂ ਬਾਅਦ ਤੂੰ ਸਮਝਣਾ ਕੀ ਹੈ, ਤੂੰ ਦਲੇਰ ਮੈਂਦੀ ਹੈ। ਕਦੀ ਤੂੰ ਪਿਆਰ ਮੁਹੱਬਤ ਦੀ ਗੱਲ ਨਹੀਂ ਕੀਤੀ ਮੇਰੇ ਨਾਲ? ਮੈਂ ਕਰਨੀ ਹੈ ਪਿਆਰ ਮੁਹੱਬਤ ਦੀਆਂ ਗੱਲਾਂ, ਇਸੇ ਵਾਸਤੇ ਤੂੰ ਔਲਾਦ ਜਵਾਨ ਹੋ ਗਈ ਹੈ, ਨਾ ਕਰਦੀ ਹੁੰਦੀ ਤੂੰ ਮੈਂ ਪੇਕਿਆਂ ਦੇ ਘਰ ਬੈਠੀ ਹੁੰਦੀ। ਔਲਾਦ ਤੇ ਜਵਾਨ ਹੋ ਗਈ ਹੈ, ਦੋ ਪੁੱਤਰ ਨੇ ਇੱਕ ਧੀ ਹੈ, ਧੀ ਵਿਆਹ ਦਿੱਤੀ ਹੈ, ਮੁੰਡਾ ਵਿਆਹ ਵਾਲਾ ਹੈ, ਕੀ ਖਿਆਲ ਹੈ? ਵੇ ਰੱਜ ਜਾਵੇ ਕਾਲਾ ਸ਼ਾ ਕਾਹੂਆ, ਤਮੀਜ਼ ਕਰਿਆ ਕਰ, ਤੇਰੀ ਇੱਜ਼ਤ ਕਰਿਆ ਕਰ, ਮੈਂ ਤੇਰੇ ਬੱਚਿਆਂ ਹੈ ਜੀ ਭਾਈ। ਉਹ ਡਾਵਾ ਚ ਫੱਕੀ ਵੇਚਣ ਵਾਲਿਆ, ਉਹ ਮੈਂ ਗੱਲ ਕਰ ਰਿਹਾ, ਤੈਨੂੰ ਮੁਬਾਰਕ ਹੋਵੇ, ਤੈਨੂੰ ਮੁਬਾਰਕ ਹੋਵੇ, ਸਾਡਾ ਕਾਸ਼ੀ ਜਵਾਨ ਹੋ ਗਿਆ, ਮੇਰਾ ਕਾਸ਼ੀ ਕਾਸ਼ੀ ਅੰਮੀ। ਵੇ ਕਾਸ਼ੀ ਨਹੀਂ ਹੈ, ਕਾਸ਼ੀ ਹੈ ਸਾਡਾ ਪੁੱਤਰ, ਮੇਰਾ ਤੇਰਾ ਪਨਵਈਆ ਹੈ, ਜਿਹੜੀ ਤੇਰੀ ਭੈਣ ਨੂੰ ਕੱਢ ਕੇ ਲੈ ਗਿਆ ਸੀ। ਅੱਛਾ ਭੈਣ ਜੀ, ਇਹ ਉਹ ਮੋਚੀਆਂ ਦਾ ਮੁੰਡਾ ਹੈ। ਕੀ ਹੋ ਗਿਆ ਤੈਨੂੰ, ਕਿਉਂ ਜੀ ਗੱਲਾਂ ਕਰਨੀ? ਹਾਂ ਮੈਂ ਤੈਨੂੰ ਦੱਸਾਂ, ਬਸ ਮੈਂ ਕਹਿ ਦੇ ਕਰ, ਉਹ ਮੇਰੇ ਵਿਆਹ ਹੋਣਾ ਜਿਹਦੇ ਨਾਲ ਮੈਂ ਜਾਣ ਨਹੀਂ ਹੋਏਗਾ। ਪੱਪੂ ਪਾਸ ਹੋ ਗਿਆ, ਅੱਛਾ ਮੈਂ ਖੁਸ਼ੀਆਂ ਮਨਾਵਾਂਗਾ, ਪੈਸੇ ਲਟਾਵਾਂਗਾ, ਖੁਸ਼ੀਆਂ ਨਚਾਵਾਂਗਾ, ਪੂਰੇ ਪਿੰਡ ਨੂੰ ਦਾਵਤ ਦੇਵਾਂਗਾ ਰੋਟੀ ਦੀ। ਉਹ ਬੰਦੇ ਬਾਹਰ ਕੱਢੋ ਜਿਹੜੇ ਕਹਿੰਦੇ ਸੰਸਾਰ ਹੀ ਚੜਦਾ। ਹੋਰ ਤੇਰੀਆਂ ਭੈਣਾਂ ਦੇ ਨੇ
काशी काशी मामू आ काशी का मामू हाँ मैं सदके जाऊँ की होया तेन शायद मन राजपूत पट्टी साहब पट्टी मसली गुजर बादशाह आए जानू नहीं बड़ा शरारती आ राती मैनू कहंदा घोड़ी बन मैं पानी के उत्ते बह के मैनू मजंग ला के आ तेन तो मैं कम नहीं आना मेरा तो जानू आ गया हूं तू की करेगा और मैं कोई शेर सुना दंगा कोई वगदी नहर होवे हर बस का शहर होवे कोई वगदी नहर होवे हर बस का शहर होवे ते सारे रल के दुआ करिए साडे मुल्क दी खैर होवे आए 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 मुल्क दी खैर होवे मैं ते सेठ साहब जिथे भी फंक्शन करन गई हां मैं ते तंग हो के आई हां दस पब्लिक किथे किथे फंक्शन कीते आ तू ओए ओ साडे दल्लिया मेरी गल सुनो ओ तुसी पैसे ते सानू दित्ते नहीं ते असी किवें फंक्शन करना बस करते मैं ते पुराने फंक्शन नहीं भुलदे केड़े मैं शेखा दे घर फंक्शन करन गई सारी रात में टका 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 के नची सवेरे उठ के मैं कह शेख साहब मैंने कुछ लाओ उन्हें कपड़े ला के आप नचना शुरू करता हाय ते मैं कुमारा दे घर फंक्शन कीता सारी रात टका अच्छा सुबह उठी मैं कहा कुमार साहब मैंने कुछ लाओ उन्हें मेरे पीछे गोदा ला गया हम गोदा आया किथे ही ओ बैठ चलो चलो निकलो मेरी गल सुन ले मैं राइयों के घर फंक्शन कर करी था अच्छा सारी रात में टका 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 के नची मैं कह नहीं बादशाह मैंने कुछ लाओ उन्हें मैंने भूख वाला कंडा लाता ला ला आ जा ला आ जा फिर तू आ जा लो जी तो सब गल करने वाली दो दिन की छुट्टी लेके गया लोग ड्राइवर अजे तक नहीं आया मैं दफ्तर जाना थी लेट हो गया आ ले भाई और मैं नौकरी कट देना हां गल करने वाली जी शेर साहब